ਸਾਡੇ ਸਮਾਜ ਦੇ ਵਿੱਚ ਇੱਕ ਜਾਦੂ ਟੂਣਾ ਤੇ ਜਾਦੂ ਟੂਣਾ ਕਿਹਾ ਜਾਂਦਾ ਕਿਹਾ ਜਾਂਦਾ ਕਿ ਜੇ ਕੋਈ ਟੂਣਾ ਲੰਘ ਗਿਆ ਉਹਦੇ ਨਾਲ ਭੂਤ ਚੁੰਬੜ ਜਾਂਦੀ ਹੈ ਕੀ ਅਸਲ ਸੱਚਾਈ ਹੈ ਟੂਨੇ ਦਾ ਇਤਿਹਾਸ ਕੀ ਹੈ ਵਿਗਿਆਨਕ ਪੱਖ ਕੀ ਹੈ ਤੇ ਕੀ ਵਾਕਈ ਭੂਤਾਂ ਚੁੰਬੜਦੀਆਂ ਟੂਣਾਂ ਤੋਂ ਇਹ ਦੋ ਪੱਖ ਆ ਦੋ ਹੀ ਸ਼ਬਦ ਆ ਤੁਸੀਂ ਬੋਲੇ ਜਿਹੜੇ ਇੱਕ ਹੈ ਜਾਦੂ ਇੱਕ ਹੈ ਟੂਣਾ ਜਾਦੂ ਅਸੀਂ ਵੇਖਦੇ ਆ ਜਿਹੜਾ ਕੋਈ ਪਿੰਡ ਚ ਆਉਂਦਾ ਖੇਡਾ ਪਾ ਕੇ ਵਿਖਾਉਂਦਾ ਕਿਤੇ ਪਲੇਟਾਂ ਕੱਟਦੀਆਂ ਕਿਤੇ ਉਹਨੇ ਕਬੂਤਰ ਕੱਟਦੇ ਕਿਤੇ ਉਹਨੇ ਅੱਖਾਂ ਤੇ ਪੱਟੀ ਬੰਨ ਕੇ ਮੋਟਰਸਾਈਕਲ ਚਲਾਤਾ ਕਿਤੇ ਕੁਛ ਹੂੰ ਇਹ ਕੁਛ ਚਲਾਕ ਲੋਕਾਂ ਨੇ ਕੁਛ ਇਹੋ ਜਿਹੇ ਢੰਗ ਤਰੀਕੇ ਸਿੱਖ ਲਏ ਜਿਸ ਨਾਲ ਉਹ ਸੌਖੀ ਰੋਟੀ ਖਾ ਸਕਦੇ ਸੀ ਬੜਾ ਪੁਰਸ਼ੋਕੜ ਪੁਰਾਣਾ ਹੈ ਜਾਦੂ ਦਾ ਵੀ ਆਪਾਂ ਨਵਾਂ ਨਹੀਂ ਕਹਿ ਸਕਦੇ ਇਹਨੂੰ ਕੋਲਕੱਤੇ ਨਾਲ ਵੀ ਜੋੜਿਆ ਗਿਆ ਇਹਨੂੰ ਬਾਬੇ ਨਾਨਕ ਨਾਲ ਵੀ ਜੋੜਿਆ ਗਿਆ ਠੀਕ ਹੈ ਕਈ ਥਾਵਾਂ ਤੇ ਇਹਨੂੰ ਇਸ ਤਰ੍ਹਾਂ ਜੋੜਿਆ ਗਿਆ ਜਾਦੂ ਦੀਆਂ ਗੱਲਾਂ ਦੀ ਗੱਲ ਕਰਦਾ ਬਾਅਦ ਚ ਆਪਾਂ ਟੂਨੇ ਦੀ ਗੱਲ ਕਰਦੇ ਇਸੇ ਤਰ੍ਹਾਂ ਹੋਣ ਜਿਵੇਂ ਜਦੋਂ ਦੀ ਤਰਕਸ਼ੀਲ ਸੁਸਾਇਟੀ ਹੋਂਦ ਚ ਆਈ ਹੈ ਹੂੰ ਅਸਲ 'ਚ ਜਾਦੂ ਦਾ ਜਿਹੜਾ ਜਿਹੜਾ ਉਹਦਾ ਪਛੋਕੜ ਸੀ ਜਾਂ ਜਾਦੂ ਦੀ ਅਸਲੀ ਸਮਝ ਸੀ ਉਹ ਉਦੋਂ ਲੋਕਾਂ 'ਚੋਂ ਦਾ ਜਾਲਾ ਸਾਫ਼ ਹੋਇਆ ਪਹਿਲਾਂ ਕਾਮਰੇਡ ਮੰਨਦੇ ਨਹੀਂ ਸੀ ਇਹ ਕਾਮਰੇਡ ਕਿਉਂਕਿ ਉਹ ਨਾਸਤਿਕ ਸਮਝ ਲੈ ਕੇ ਚੱਲਦੇ ਸੀ ਉਹ ਕਹਿੰਦੇ ਵੀ ਨਹੀਂ ਕੋਈ ਅਜਿਹੀ ਸ਼ਕਤੀ ਨਹੀਂ ਕਿ ਜਿਹੜਾ ਕੁਝ ਮੈਂ ਕਰ ਸਕਦਾ ਤੂੰ ਕਰ ਸਕਦਾ ਪਰ ਜਦੋਂ ਉਹਨੂੰ ਸਾਥ 'ਚ ਬੈਠੇ ਬੰਦੇ ਕਹਿੰਦੇ ਸੀ ਵੀ ਯਾਰੇ ਬੰਦਾ ਕਬੂਤਰ ਕੱਢੀ ਜਾਂਦਾ ਤੂੰ ਕਬੂਤਰ ਕੱਢ ਕੇ ਵਿਖਾ ਉਦੋਂ ਉਹਨਾਂ ਕੋਲੇ ਕੋਈ ਜਵਾਬ ਨਹੀਂ ਸੀ ਹੁੰਦਾ ਮਸਲਾ ਕੀ ਸੀ ਵੀ ਉਹ ਉਸ ਉਸ ਬਾਰੇ ਸਮਝ ਨਹੀਂ ਸੀ ਰਗਦੀ ਤਰਕਸ਼ੀਲ ਸੁਸਾਇਟੀ ਨੂੰ ਇਹੋ ਜਿਹਾ ਕੋਈ ਵੀ ਢੰਗ ਤਰੀਕਾ ਜਿਹੜਾ ਸਮਾਜ ਚ ਵਾਪਰਦਾ ਜਿੰਨਾ ਚਿਰ ਉਹ ਆਪ ਤਰਕਸ਼ੀਲ ਸੁਸਾਇਟੀ ਕਰਕੇ ਨਹੀਂ ਦਿਖਾਉਂਦੀ ਉਹਨਾਂ ਚਿਰ ਲੋਕਾਂ ਨੇ ਮੰਨਣਾ ਨਹੀਂਗਾ ਇਸੇ ਕਰਕੇ ਅਸੀਂ ਹੁਣ ਕੀ ਕਰਦੇ ਆ ਵੀ ਜਦੋਂ ਕਿਤੇ ਕੋਈ ਪ੍ਰੋਗਰਾਮ ਹੁੰਦਾ ਅਸੀਂ ਅੱਖਾਂ ਤੇ ਪੱਟੀ ਬੰਨ੍ਹ ਕੇ ਮੋਟਰਸਾਈਕਲ ਵੀ ਚਲਾਉਨੇ ਆ ਅਸੀਂ ਕੋਲਿਆਂ ਤੇ ਵੀ ਚੱਲ ਕੇ ਦਿਖਾਉਨੇ ਆ ਅਸੀਂ ਜਿਹੜੀਆਂ ਗਤੀਵਿਧੀਆਂ ਜਾਦੂ ਕਰਦੇ ਆ ਕੁੜੀ ਨੂੰ ਬਚਾਲਿਓ ਘਟਦੇ ਆ ਤਲਵਾਰਾਂ ਲਗਾ ਦਿੰਦੇ ਆ ਵਿੱਚ ਦੀ ਉਹ ਸਾਰਾ ਕੁਝ ਅਸੀਂ ਸਟੇਜ ਤੇ ਕਰਕੇ ਬੋਕੋਣੀ ਅੱਛਾ ਜੀ ਵੀ ਚਲੋ ਜੇ ਤੁਹਾਡੇ ਵਾਲਾ ਜਾਦੂਗਰ ਭਾਈ ਕਰ ਸਕਦਾ ਤਾਂ ਅਸੀਂ ਵੀ ਕਰਦੇ ਫੇਰ ਅਸੀਂ ਉਹਦਾ ਕਾਰਨ ਦੱਸਦੇ ਵੀ ਕੀ ਆ ਅਸਲ ਚ ਕੀ ਆ ਪਿਆ ਕਾਰਨ ਚਾ ਸਾਰਾ ਕੁਝ ਵੀ ਕਾਰਨ ਕੀ ਆ ਇਹਦਾ ਪਿੱਛੋ ਮਤਲਬ ਜਿਵੇਂ ਕੁੜੀ ਕੱਟਦੇ ਕੱਟਦੇ ਕਿਵੇਂ ਆਹੋ ਉਹਦੀ ਵਜ੍ਹਾ ਕੀ ਬਣਦੀ ਆ ਵੀ ਸਾਨੂੰ ਕੱਟੀ ਵੀ ਦੱਸਦੀ ਆਹੋ ਵਜ੍ਹਾ ਕੀ ਆ ਉਹ ਦੱਸਦੇ ਹੁਣ ਮੋਟਰਸਾਈਕਲ ਪੱਟੀ ਬੰਨ ਕੇ ਅਸੀਂ ਆਮ ਪਿੰਡਾਂ ਚ ਚਲਾਇਆ ਕੋਲਿਆਂ ਤੇ ਅਸੀਂ ਆਮ ਕਰਕੇ ਚੱਲ ਕੇ ਵਿਖਾਇਆ ਉਹ ਉਹਦਾ ਉਹਦੀ ਵਜ੍ਹਾ ਵੀ ਦੱਸਦੇ ਆ ਲੋਕਾਂ ਨੂੰ ਨਾਲ ਹੁਣ ਜਿਵੇਂ ਕੋਲਿਆਂ ਦੀ ਇੱਕ ਵਾਰੀ ਤੁਹਾਨੂੰ ਹਾਸੇ ਵਾਲੀ ਗੱਲ ਦੱਸਾਂ ਇੱਕ ਸਾਡੇ ਇਨਕਲਾਬੀ ਜਥੇਬੰਦੀ ਦੇ ਨਾਲ ਸਾਡਾ ਸਾਂਝਾ ਪ੍ਰੋਗਰਾਮ ਧਰ ਕਚਿਲ ਸੋਸਾਇਟੀ ਦਾ ਅਸੀਂ ਸਾਨੂੰ ਉਹ ਕਹਿੰਦੇ ਵੀ ਆ ਕੇ ਕੋਲੇ ਤੇ ਚੱਲ ਕੇ ਵਿਖਾ ਦਿਓ ਤੇ ਅਸੀਂ ਕਹਿੰਦੇ ਕੋਈ ਗੱਲ ਨਹੀਂ ਆ ਕੇ ਚੱਲ ਕੇ ਵਿਖਾ ਦੇਗੇ ਅਸੀਂ ਬੰਦੇ ਦੋ ਭੇਜ ਦਾਂਗੇ ਤੁਸੀਂ ਕੋਲੇ ਤਿਆਰ ਕਰ ਲਿਓ ਉਹ ਲੈ ਕੇ ਪੱਥਰ ਦਾ ਕੋਲਾ ਅੱਛਾ ਉਹਨਾਂ ਜਾ ਕੇ ਮਗਾ ਕੇ ਰੱਖ ਲਿਆ ਜੋ ਮਗਾਇਆ ਤੇ ਅਸੀਂ ਜਦੋਂ ਜਾ ਕੇ ਵੇਖਿਆ ਸੀ ਕਮੀ ਨਹੀਂ ਤੇ ਤਾਂ ਨਾ ਕੋਈ ਵੀ ਨਹੀਂ ਤੋੜ ਸਕਦਾ ਨਾ ਜਾਦੂਗਰ ਤੋੜ ਸਕਦਾ ਨਾ ਅਸੀਂ ਤੋੜ ਸਕਦੇ ਆ ਵੀ ਅਸਲ 'ਚ ਉਹ ਲੱਕੜ ਦੇ ਕੋਲੇ ਤੇ ਉਹ ਤੋੜ ਸਕਦੇ ਲੱਕੜ ਦੇ ਤੇ ਹੀ ਆਪਾਂ ਫੇਰ ਅਸੀਂ ਜਦੋਂ ਕਿਉਂਕਿ ਲੋਕਾਂ 'ਚ ਇਸ ਗੱਲ ਦਾ ਵਹਿਮ ਚੱਲਾ ਗਿਆ ਵੀ ਯਾਰ ਤੁਰਦੇ ਕਾਤੋਂ ਨਹੀਂ ਹੁਣ ਫੇਰ ਅਸੀਂ ਉੱਤੇ ਲੱਕੜ ਦਾ ਕੋਲਾ ਸੱਟ ਕੇ ਗਰਮ ਕੀਤਾ ਫੇਰ ਅਸੀਂ ਲੋਕਾਂ ਨੂੰ ਉਹਦਾ ਕਾਰਨ ਦੱਸਿਆ ਉੱਥੇ ਲੱਕੜ ਦਾ ਕੋਲਾ ਕੀ ਆ ਵੀ ਲੱਕੜ ਦੇ ਕੋਲੇ ਦੀ ਸਤ੍ਹਾ ਦਾ ਤਾਪਮਾਨ ਜਿਹੜਾ ਉਹਦੀ ਸਤ੍ਹਾ ਤੇ ਤਾਪਮਾਨ ਹੈ ਜਦੋਂ ਇੱਕ ਵਾਰ ਤੁਸੀਂ ਆਪ ਦਾ ਅੰਗ ਉੱਤੇ ਲਾਓਗੇ ਨਾ ਉਹਦੀ ਸਤ੍ਹਾ ਦਾ ਤਾਪਮਾਨ ਪਿੱਛੇ ਮੁੜ ਜਦੋਂ ਉਹਨੇ ਪਿੱਛੋਂ ਉਹਨੂੰ ਫੇਰ એનર્ਜੀ ਮਿਲਣੀ ਉਹਦੋਂ ਆਪਾਂ ਪੈਰ ਚੱਕ ਲੈਣਾ ਆ ਹੀ ਫਾਰਮੂਲਾ ਅੱਛਾ ਕੋਲਾ ਤੁਸੀਂ ਹੱਥ ਨਾਲ ਚੱਕ ਕੇ ਦੂਜੇ ਪਾਸੇ ਰੱਖ ਸਕਦੇ ਆ ਸਰਿਆ ਗਰਮ ਹੱਥ ਨਾਲ ਚੱਕ ਕੇ ਦੂਜੇ ਪਾਸੇ ਨਹੀਂ ਰੱਖ ਸਕਦਾ ਉਹਦਾ ਤਾਪ ਪਿੱਛੇ ਨਹੀਂ ਮੁੜਨਾ ਪੱਥਰ ਪੱਥਰ ਦੇ ਕੋਲੇ ਦਾ ਤਾਪ ਪਿੱਛੇ ਨਹੀਂ ਮੁੜਨਾ ਵਿਗਿਆਨਕ ਤਾਥੀ ਹੈ ਇਸੇ ਤਰ੍ਹਾਂ ਹਰੇਕ ਅੱਖਾਂ ਤੇ ਪੱਟੀ ਬੰਨ ਕੇ ਚਲਾਉਨੇ ਆ ਤੁਸੀਂ ਉਸ ਜਾਦੂਗਰ ਨੂੰ ਕਹਿ ਦਿਓ ਜਿਹੜਾ ਚਲਾਉਂਦਾ ਬਈ ਯਾਰ ਅਸੀਂ ਪੱਟੀ ਨਹੀਂ ਬੰਨਣੀ ਅਸੀਂ ਤਾਂ ਭਰਾਵਾ ਤੇਰੇ ਬੂਰੇ ਸਲੇਟ ਕਰਾਂਗੇ ਚਲਾ ਕੇ ਦਿਖਾ ਦੇਵੀਂ ਪੱਟੀ ਨਾ ਹੀ ਜਲਾਇਆ ਜਾ ਸਕਦਾ ਪੱਟੀ ਚੀ ਰੋਲਾ ਤੁਸੀਂ ਕਹਿ ਦਿਓ ਵੀ ਮੈਂ ਤੇਰੇ ਮੋਟਰਸਾਈਕਲ ਤੇ ਮਗਰ ਬੈ ਕੇ ਤੇਰੀਆਂ ਅੱਖਾਂ ਤੇ ਹੱਥ ਤਰ ਲੈਣਾ ਤੇ ਚਲਾ ਦੇ ਨਾ ਚਲਾਉਂਗਾ ਨਹੀਂ ਜਲਾ ਸਕਦਾ ਕਿਉਂਕਿ ਇੱਕ ਇੱਕ ਉਹਦੇ ਚ ਗੇਮ ਆ ਉਹ ਹੁਣ ਮੈਂ ਇਸ ਕਰਕੇ ਨਹੀਂ ਦੱਸਣੀ ਕਿਉਂਕਿ ਐਸੀ ਵੀ ਚਲਾਉਨੇ ਆ ਉਹ ਇੱਕ ਬਣਿਆ ਰਹਿੰਦੀ ਆ ਉਹਦੇ ਨਾਲ ਖੱਚ ਬੜੀ ਰਹਿੰਦੀ ਆ ਉਹਨਾਂ ਫਰਕ ਨਾਲ ਹਾਂ ਮਿਹਰਬਾਨ ਇਹ ਹੈ ਜਾਦੂ ਦਾ ਹਾਂ ਇਹ ਜਾਦੂ ਦਾ ਇਤੂ ਅੱਗੇ ਆ ਗਿਆ ਟੂਣਾ ਟੂਣਾ ਆ ਗਿਆ ਟੂਣਾ ਅਸਲ ਚ ਕਈ ਕਿਸਮ ਦਾ ਹੂੰ ਬੁਖਾਰ ਤੋਂ ਵੀ ਹੁੰਦਾ ਕਿਸੇ ਦੀ ਲੱਤ ਦੁਖਦੀ ਆ ਉਹਦੇ ਤੋਂ ਵੀ ਹੁੰਦਾ ਹੂੰ ਕਿਸੇ ਦੇ ਜਨੇਊ ਨਿਕਲਿਆ ਉਹਦੇ ਤੋਂ ਵੀ ਹੁੰਦਾ ਮਤਲਬ ਬਹੁਤ ਕਿਸਮਾਂ ਇਹਦੀ ਪਰ ਇੱਕ ਕਿਸਮ ਆਪਾਂ ਇਹਦੀ ਸਾਂਝੀ ਕਰਦੇ ਆ ਇੱਕ ਨਹੀਂ ਕਿਸਮਾਂ ਦਾ ਹਾਲ ਸਾਂਝੀ ਕਰਦੇ ਵੀ ਜਿਵੇਂ ਤੁਸੀਂ ਫਰਜ਼ ਕੀਤਾ ਕਿਸੇ ਕੋਲੇ ਚਲੇ ਗਏ ਜਿਹੜੇ ਬੰਦੇ ਨੂੰ ਜਨੇਊ ਹੈਗਾ ਹੋਇਆ ਵਾ ਉਹਨੇ ਤੁਹਾਨੂੰ ਇੱਕ ਚੀਜ਼ ਢਾਲਾ ਲਾ ਕੇ ਜਾਂ ਕੁਝ ਕਰਕੇ ਦੱਸਣਾ ਵੀ ਆਹ ਕੁਝ ਤੂੰ ਐਂ ਕਰਦੀ ਤੇ ਤੇਰੇ ਇਸ ਚੀਜ਼ ਨੂੰ ਆਰਾਮ ਆ ਹਾਂਜੀ ਹੁਣ ਢਾਲਾ ਜਿਹੜਾ ਉਹਦੇ ਵਿੱਚ ਕੀ ਆ ਉਹਦੇ ਚ ਕੁਝ ਦਾਣੇ ਆ ਉਹਦੇ 'ਚ ਨੌ ਪਾਲਸ਼ ਆ। ਉਹਦੇ 'ਚ ਇੱਕ ਬੋਕਰ ਆ। ਉਹਦੇ 'ਚ ਇਹੋ ਜਿਹਾ ਸਮਾਨ ਆ। ਉਹਨੇ ਥੋਨੂੰ ਦੇਤਾ। ਦੇ ਕੇ ਉਹਨੇ ਕਿਹਾ ਵਿੱਚ ਰਸਤੇ 'ਚ ਰੱਖ ਦੀ ਜਾ ਕੇ ਤੇ ਬਸ ਤੇਰਾ ਜਿਹੜਾ ਇਹ ਤੂੰ ਆਰਾਮ ਆ ਜਾਊਗਾ। ਉਹਦੇ ਪਿੱਛੇ ਉਦੋਂ ਦੇ ਵਿਚਾਰੇ ਸਧਾਰਨ ਵਿਅਕਤੀ ਨੇ ਇੰਨਾ ਵੀ ਨਹੀਂ ਸੋਚਿਆ। ਵੀ ਜੇ ਮੇਰੇ ਮਗਰੋਂ ਲਾਤਾ ਤੇ ਜਿਹੜਾ ਸਵੇਰੇ ਉਹਦੇ ਕੋਲ ਦੀ ਮਗਰ ਲੰਘਿਆ ਉਹਦੇ ਲਾਤਾ ਤੇ ਫਿਰ ਸਿਆਣੇ ਦਾ ਫਾਇਦਾ ਕੀ ਕੀਤਾ ਉਹਨੇ? ਇੱਕ ਮਗਰੋਂ ਲਾ ਕੇ ਦੂਜੇ ਮਗਰ ਲਾਤਾ ਕੀ ਫਾਇਦਾ ਨਿਕਲਿਆ? ਉਹ ਇਹ ਸੋਚਿਆ ਨਹੀਂ ਕਿਉਂਕਿ ਸੋਚਣ ਤਾਂ ਦਿੰਦੇ ਹੀ ਨਹੀਂ। ਹੁਣ ਉਹ ਸੀਖੀ। ਜਿਹੜਾ ਤਾਂ ਹੈ ਅਧਿਆਤਮ ਬਾਦ ਹਾਂਜੀ ਉਹ ਕਹਿੰਦਾ ਵੀ ਜਦੋਂ ਤੁਸੀਂ ਮਤਲਬ ਕੋਈ ਬਿਮਾਰੀ ਵਿਅਕਤੀ ਬਿਮਾਰ ਹੁੰਦਾ ਉਹਦੇ ਉੱਤੋਂ ਦੀ ਸਮਗਰੀ ਸ਼ੋਸ਼ ਹੋਣੀ ਹੈ ਸਿਹਾ ਆ ਕੇ ਉਹਨੂੰ ਚ ਰਸਤੇ ਚ ਰੱਖ ਕੇ ਆਉਣਾ ਉਹਦੇ ਤੇ ਇੱਕ ਮੰਤਰ ਪੜਨਾ ਓਮ ਨਮ ਓਮ ਕੋ ਨਨਸ਼ ਪਿੰਗਲੋ ਬਬਰੂ ਕ੍ਰਿਸ਼ਨ ਅਰਧਨਾਨਤ ਕੋ ਜਮਾ ਸੋਰੀ ਸਨੇ ਚਰੋਮਾਨ ਦਸਦੇ ਸੰਤੋ ਤਤੋਛਾਨੀ ਕਰਤਾ ਪੀੜਾ ਨਿਫਾਬ ਤੇ ਕਦਾ ਚੰਨਾ ਉਹਦੇ ਵੀ 7 ਵਾਰੀ ਮੰਤਰ ਪੜ੍ਹਨਾ ਹੁਣ ਤੁਸੀਂ ਦੱਸੋ ਵੀ ਜਿਹੜਾ ਮੰਤਰ ਅਸੀਂ ਉਸ ਚੀਜ਼ ਨੂੰ ਕਹਿੰਨੇ ਆ ਜੀ ਦੀ ਸਮਝ ਨਹੀਂ ਆਉਂਦੀ ਹੁਣ ਨਾ ਤੁਹਾਨੂੰ ਸਮਝਾਈਏ ਨਾ ਮੈਨੂੰ ਦੁਬਾਰੇ ਇਹ ਬੋਲਿਆ ਜਾਵੇ ਮਸਲਾ ਤਾਂ ਇਸ ਗੱਲ ਦਾ ਵੀ ਉਹ ਉਹ ਇਹੋ ਜੀ ਇੱਕ ਭਾਸ਼ਾ ਜਿਹੜੀ ਭਾਸ਼ਾ ਭਾਮੇ ਉਹ ਸਾਨੂੰ ਗਾਲਾਂ ਕੱਢੀ ਜਾਂਦੇ ਹੁਣ ਪਰ ਸਾਡੇ ਸਮਝ ਜਿੱਦਾਂ ਲੱਗੇ ਅਸੀਂ ਕਹਿੰਨੇ ਵੀ ਬਹੁਤ ਗਿਆਨੀ ਬੰਦਾ ਵੇ ਨੇ ਇਹੋ ਜਿਹਾ ਮੰਤਰ ਪੜ੍ਹਿਆ ਇਉਂ ਨਹੀਂ ਪਤਾ ਵੀ ਉਹਨੇ ਬੋਲਿਆ ਕੀ ਬੋਲਿਆ ਕੀ ਚਲੋ ਕਿਸੇ ਭਾਸ਼ਾ ਦਾ ਮੰਤਰ ਹੀ ਯਾਦ ਕੀਤਾ ਜਾ ਸਕਦਾ ਦੂਜਾ ਅਲਪਲਾ ਲੱਤਾ ਯਾਦ ਵੀ ਨਹੀਂ ਕੀਤਾ ਜਾ ਸਕਦਾ ਹੁਣ ਮੈਂ ਤਾਮਲ ਇੱਥੇ ਤਾਮਲ ਦੇ ਕੋਈ ਕਪਤਾ ਹੀ ਬੋਲਦੇ ਆ ਤਾਮਲ ਦੀ ਕਪਤਾ ਤਾਂ ਤੁਹਾਨੂੰ ਤਾਂ ਪਤਾ ਨਹੀਂ ਲੱਗਣਾ ਪਰ ਤਾਮਲ ਵਾਲੇ ਸਮਝ ਲੈਣਗੇ ਉਹ ਕਹਿੰਦੇ ਵੀ ਹਾਂ ਇਹ ਤਾਂ ਆ ਚੀਜ਼ ਬੋਲੀਏ ਮਤਲਬ ਇਸ ਤਰ੍ਹਾਂ ਵੀ ਇਹਦੇ ਵਿੱਚ ਕੁਛ ਨਾ ਕੁਛ ਉਹਨਾਂ ਢੰਗ ਤਰੀਕਾ ਲੱਭ ਲਿਆ ਅੱਛਾ ਉਹ ਹੁਣ ਸੁਹਾ ਲਿਆ ਇਹ ਮੰਤਰ ਪੜਤਾ ਹੁਣ ਉਹਦੇ ਅਗਲੀ ਹਦਾਇਤ ਹੋਈ ਵੀ ਰੱਖਣਾ ਕਿੱਥੇ ਆਉਂਦਾ ਵੀ ਤੇ ਰਾਸਤੇ 'ਚ ਰੱਖਣੀ ਉਹਨੇ ਰੱਖਤਾ ਉਹਨੂੰ ਦੱਸਤਾ ਵੀ ਤੈਨੂੰ ਆਰਾਮ ਆਵੇ ਹਮ ਇੱਥੇ ਦੋ ਕਾਰਨ ਆ ਆਰਾਮ ਆਉਣ ਦੇ ਉਹਦਾ ਆਰਾਮ ਆਉਣ ਦੇ ਵੀ ਦੋ ਕਾਰਨ ਆ ਹਾਂਜੀ ਜੇ ਤਾਂ ਉਹਨੂੰ ਹੋਈ ਕੋਈ ਮਾਨਸਿਕ ਮਾੜੀ ਮੋਟੀ ਹਾਂਜੀ ਫੇਰ ਤਾਂ ਉਹ ਉਹਨੇ ਦਾ ਸੰਤੋਸ਼ਟੀ ਹੋ ਜਾਣੀ ਆ ਵੇ ਯਾਰ ਮੈਰਾ ਔਰ ਘਟਿਆ ਘਟਿਆ ਗਿਆ ਮੈਂ ਹੁਣ ਤੰਦਰੁਸਤ ਇੱਕ ਦੋ ਘੰਟੇ ਚਾਰ ਘੰਟੇ ਦੋ ਦਿਨ ਦਿਨ ਉਹ ਆਰਾਮ ਮਹਿਸੂਸ ਕਰ ਸਕਦਾ ਇਹ ਸਧਾਰਨਤਾ ਹੈ ਸਾਡੀ ਇਹਦੇ ਚ ਕੋਈ ਸ਼ਕਤੀ ਨਹੀਂ ਕਿ ਇਹਦੇ ਚ ਕੋਈ ਰਾਜ ਨਹੀਂ ਉਹਦਾ ਪਰ ਸਧਾਰਨਤਾ ਇਹਦੇ ਚ ਹੈਗੀ ਆ ਅੱਛਾ ਹੁਣ ਅਗਲਾ ਆ ਗਿਆ ਉਹਦਾ ਵਿਗਿਆਨਕ ਪੱਖ ਵਿਗਿਆਨਕ ਪੱਖ ਉਹਦਾ ਇਹ ਹੈ ਜਦੋਂ ਇਹਨੂੰ ਤਿੰਨਾਂ ਤੱਕੜੀਆਂ ਦੇ ਨਾਲ ਅਸੀਂ ਤੋਲਦੇ ਹਾਂ ਇੱਕ ਹੈ ਇਹਦਾ ਵਿਗਿਆਨਕ ਪੱਖ ਇੱਕ ਹੈ ਸਾਡੀ ਇਤਿਹਾਸਕਾਰ ਇਹਦੇ ਬਾਰੇ ਰਾਇ ਕੀ ਦਿੰਦੇ ਆ ਇੱਕ ਹੈ ਸਾਡਾ ਅਧਿਆਤਮਵਾਦੀ ਅਧਿਆਤਮਵਾਦੀ ਪੱਖ ਤੋਂ ਉਹਨੂੰ ਦੱਸਦਾ ਹੁਣ ਇਤਿਹਾਸਕਾਰ ਹੈ ਜਿਹੜੇ ਉਹ ਕੀ ਕਰਦੇ ਆ ਉਹ ਸਮੇਂ ਦੀਆਂ ਉਹਨਾਂ ਹਾਲਤਾਂ ਦੇ ਵਿੱਚ ਜਾ ਕੇ ਉਸ ਚੀਜ਼ ਨੂੰ ਸਮਝ ਕੇ ਉਹਦਾ ਸਾਰਾ ਪਿਛੋਕੜ ਦੇਖ ਕੇ ਫਿਰ ਦੱਸਦੇ ਆ ਸਾਨੂੰ ਵੀ ਯਾਰ ਆਏ ਹੁਣ ਜਿਹੜਾ ਅਧਿਆਤਮਵਾਦ ਆ ਉਹ ਇਤਿਹਾਸਕਾਰਾਂ ਦੀ رائے ਦੇ ਨਾਲ ਉਹਨਾਂ ਦਾ ਕਦੇ ਰੌਲਾ ਨਹੀਂ ਪੈਂਦਾ ਕਿਉਂਕਿ ਇਤਿਹਾਸਕਾਰ ਡੰਡਾ ਨਹੀਂ ਫੜਦੇ ਵਿਗਿਆਨ ਵਾਂਗੂ ਵਿਗਿਆਨ ਤਾਂ ਡੰਡਾ ਫੜਦਾ ਨਾ ਵੀ ਐਂ ਹੁੰਦਾ ਤਾਂ ਐਂ ਹੋਊਗਾ ਬਈ ਥੋੜਾ ਮੈ ਸਾਨੂੰ ਨਹੀਂ ਪਤਾ ਸਾਡੇ ਵਾਲਾ ਤਾਂ ਭਾਈ ਧਰਤੀ ਘੁੰਮਦੀ ਆ ਗੋਲ ਆ ਸੂਰਜ ਦੇ ਦੁਆਲੇ ਘੁੰਮਦੀ ਉਹ ਆ ਦੇ ਕੜੀਆ ਰੌਲਾ ਪੈ ਗਿਆ ਜੋ ਜਾਂਦੇ ਵੀ ਸਾਡਣਾ ਪਿਆ ਮਤਲਬ ਇਹਦੇ ਚ ਇਹਨਾਂ ਦਾ ਰੌਲਾ ਨਹੀਂ ਪੈਂਦਾ ਉਹ ਤਾਂ ਉਹ ਜਰਾ ਅਸੀਂ ਤਾਂ ਕਹਿੰਨੇ ਆ ਘੋਦੀ ਆ ਜੇ ਤੁਸੀਂ ਨਹੀਂ ਮੰਨਦੇ ਨਾ ਮਨ ਨੂੰ ਭਾਈ ਤੁਸੀਂ ਕਹਿ ਦਿਓ ਚੱਕਤੀ ਚੱਕਤੀ ਆ ਰੌਲਾ ਨਹੀਂ ਪਉਦੇ ਇਹਨਾਂ ਨੇ ਇਤਿਹਾਸਕਾਰਾਂ ਨੇ ਜਿਹੜੀ ਉਹਦੀ ਰਾਇ ਦਿੱਤੀ ਉਹ ਉਹਦੇ ਵੀ ਅਸਲ ਚ ਇਹ ਹੈ ਵੀ ਇਹ ਬੈਦਕ ਕਾਲ ਦੀ ਰਸਮ ਹੈ ਜਦੋਂ ਬੈਦ ਨੂੰ ਬੈਦਗੀ ਪੂਰੀ ਸਿਖਾਈ ਦਿੱਤੀ ਸਿਖਾ ਦਿੱਤੀ ਜਾਂਦੀ ਜਿਵੇਂ ਥੋੜਾ ਪਿੰਡ ਜੈਤੂ ਆ ਜੈਤੂ ਦੇ ਬੈਦ ਨੂੰ ਅਸੀਂ ਬੈਦ ਬਣਾਤਾ ਪਰ ਬੈਦ ਬਣਾਉਣ ਵਾਲੇ ਉਹਦੇ ਗੁਰੂ ਨੇ ਉਹਨੂੰ ਕਹਿਤਾ ਵੀ ਹੁਣ ਤੇਰਾ ਕੰਮ ਕਰੇ ਟਿਕਣਾ ਨੀਗਾ ਠੀਕ ਹੈ ਹਉ ਤੁਰ ਫਿਰ ਕੇ ਇਲਾਜ ਕਰਨਾ ਕਿਉਂਕਿ ਕਬੀਲਿਆਂ ਚ ਦੁਨੀਆ ਵਸਦੀ ਹੈ ਉਹ ਤੁਰ ਫਿਰ ਕੇ ਇਲਾਜ ਕਰਨ ਨਿਕਲ ਗਿਆ ਜਦੋਂ ਉਹ ਤੁਰ ਫਿਰ ਕੇ ਇਲਾਜ ਕਰਨ ਨਿਕਲ ਗਿਆ ਤੇ ਹੁਣ ਜੈਤੋ ਦਾ ਹੀ ਸਾਡੇ ਕੋਲ ਮਰੀਜ਼ ਆ ਗਿਆ ਤੈਨੂੰ ਲੱਭ ਗਈ ਕਿਵੇਂ ਫੋਨ ਸਾਡੇ ਕੋਲੇ ਨਹੀਂ ਕੋਈ ਸਾਈਕਲ ਮੋਟਰਸਾਈਕਲ ਸਕੂਟਰ ਸਾਡੇ ਕੋਲੇ ਨਹੀਂ ਵੀ ਅਸੀਂ ਕਿਸੇ ਹੁਣ ਜਾਂਦੇ ਸਾਰੇ ਲੋਕ ਤੁਰ ਕੇ ਆ ਸਾਰੇ ਪੈਦਲ ਹੁਣ ਉਹਦੇ ਤੱਕ ਸੁਨੇਹਾ ਕਿ ਫੇਰ ਸਾਡੇ ਬੁੱਧੀ ਜੀਵੀਆਂ ਦਾ ਇੱਕ ਖਾਣਾ ਹੇਲਿਆ ਕਿਉਂਕਿ ਬੁੱਧੀ ਜੀਵੀ ਤਾਂ ਹਰ ਵੇਲੇ ਮੌਜੂਦ ਆ ਉਹਨਾਂ ਨੇ ਫੇਰ ਲੱਭਿਆ ਵੀ ਜਰ ਨੂੰ ਕਿਵੇਂ ਲੱਭਿਆ ਜਾਵੇ ਫੇਰ ਉਹਨਾਂ ਨੇ ਦੱਸਿਆ ਵੀ ਇੱਕ ਕੱਪੜਾ ਲੈ ਲੋ ਕਪੜਾ ਲੈ ਲੋ ਲਾਲ ਰੰਗ ਦਾ ਲੈ ਲੋ ਹਰੇ ਦਾ ਲੈ ਲੋ ਰੱਗ ਦਾ ਕੋਈ ਸਬੰਧ ਨਹੀਂਗਾ ਵੀ ਉਹਦੇ ਚ ਜੇ ਲਲੇਰ ਰੱਖੋਗੇ ਤਾਂ ਸਮਝ ਜਾਓ ਮਰੀਜ਼ ਸਿਰ ਦਾ ਜੇ ਉਹਦੇ ਚ ਸੱਤ ਅਨਾਜ ਰੱਖਦੇ ਆ ਸੱਤ ਰਾਜਾ ਰੱਖਦੇ ਆ ਸਮਝ ਜਾਓ ਮਰੀਜ਼ ਪੇਟ ਦਾ ਜੇਕਰ ਉੱਥੇ ਬੰਗਾ ਪੰਜਾਂ ਸੰਧੂਰ ਪਿਆ ਜਾਂ ਉਹ ਕੁਛ ਆ ਸਮਝ ਜਾਓ ਮਰੀਜ਼ ਕੁੜੀ ਹੈ ਕੁੜੀ ਹੈ ਜੇ ਉੱਥੇ ਪਊਆ ਸ਼ਰਾਬ ਦਾ ਪਿਆ ਸਮਝ ਜਾਓ ਮਰੀਜ਼ ਬੰਦਾ ਵੀ ਉਹ ਤੁਸੀਂ ਚੌਰਾਹੇ 'ਚ ਰੱਖ ਦਿਓ ਜੋ ਚੌਰਾਹੇ 'ਚ ਰੱਖਤਾ ਚਾਰਾਂ ਦਿਸ਼ਾਵਾਂ 'ਚ ਲੋਕਾਂ ਨੂੰ ਹਦਾਇਤ ਹੋ ਗਈ ਵੀ ਜਦੋਂ ਤੁਸੀਂ ਉੱਥੇ ਪਿਆ ਦੇਖਿਆ ਜਿੱਧਰੋਂ ਵੀ ਤੁਸੀਂ ਜਾਣਦੇ ਜਿੱਥੇ ਵੀ ਵੈਦ ਮਿਲ ਗਿਆ ਉਹਨੂੰ ਦੱਸ ਦੇਣਾ ਫਲਾਣੇ ਸੰਟੂਣਾ ਪਿਆ ਟੈਲੀਫੋਨ ਸਿਸਟਮ ਹੋ ਗਿਆ ਨਾ ਬਈ ਬੈਦ ਨੂੰ ਦੱਸਤਾ ਬੈ ਟੂਨੇ ਕੋਲ ਆ ਟੂਣਾ ਜੈਤੋ ਦੇ ਨੇੜੇ ਲੈ ਕੇ ਕਿਸੇ ਬੰਦੇ ਨੇ ਕੀਤਾ ਜੈਤੋ ਦਾ ਬੰਦਾ ਬਿਮਾਰ ਆ ਉਹ ਉਹਦੇ ਘਰੇ ਜਾਵੜਿਆ ਉਹਦੇ ਘਰ ਤੱਕ ਦਾ ਇੱਕ ਸੁਨੇਹਾ ਸੀ ਬੈਦ ਦਾ ਤੇ ਉਹ ਤੇ ਹੁਣ ਉਹਦਾ ਨੇਵੀਗੇਸ਼ਨ ਸੀ ਬਿਮਾਰ ਤੱਕ ਹਾਂ ਹੁਣ ਇਹ ਸਾਡਾ ਸਾਡੇ ਕੀ ਕਤਲ ਹੋ ਜਾਂਦੇ ਕਈ ਵਾਰੀ ਬਈ ਇਹ ਤਾਂ ਹਰਾਮ ਦੀ ਆ ਜਿੱਦੇ ਦੀ ਆਈ ਆ ਇਹ ਨਹੀਂ ਇਹ ਕੰਮ ਸ਼ੁਰੂ ਕੀਤੇ ਵੇ ਆ ਮਤ ਇੱਕ ਦੂਜੇ ਨੂੰ ਗਾਲਾਂ ਕੱਢੀ ਜਾਂਦੇ ਕਤਲ ਕਰੀ ਜਾਂਦੇ ਹਾਂਜੀ ਹਾਂ ਅਸਲ ਜੀ ਦਾ ਹਾਂ ਸ਼ੁਕਰ ਗਿਆਨ ਕੀ ਕਹਿੰਦੀ ਆ ਜੇ ਬਈ ਵਗਿਆਨਤਾ ਨਾ ਜੀ ਅਸੀਂ ਤਾਂ ਸਾਡੇ ਕੋਲੇ ਅੱਖ ਬਦਲਾਉਣੀ ਆ ਸਾਡੇ ਕੋਲੇ ਕੁਛ ਬਦਲਾਉਣਾ ਸਾਡੇ ਕੋਲੇ ਤੁਹਾਨੂੰ ਪੇਟ ਦੀ ਬਿਮਾਰੀ ਆ ਤੁਹਾਨੂੰ ਸਿਰ ਦੀ ਬਿਮਾਰੀ ਆ ਕਿ ਕੋਈ ਦੀ ਤਾਂ ਦੱਸਿਆਂਗਾ ਹੀ ਸਾਰੀਆਂ ਉਹਦੇ ਵਿੱਚ ਸਾਡੇ ਦਾ ਉਹ ਹਸਪਤਾਲ ਆ ਹੂੰ ਉਹਦੇ ਚ ਦਵਾਈਆਂ ਮਿਲਦੀਆਂ ਸਾਨੂੰ ਕੋਈ ਮਤਲਬ ਨਹੀਂ ਗਾ ਵੀ ਕਿਵੇਂ ਆ ਰਾਮ ਆਊਗਾ ਕਿਵੇਂ ਨਹੀਂ ਸਾਡੇ ਕੋਲੇ ਹਰੇਕ ਬਿਮਾਰੀ ਦਾ ਇਲਾਜ ਹੈਗਾ ਆਜੋ ਅਸੀਂ ਕਰਦੇ ਆਂ ਹਾਂ ਜੀ ਤਲੀ ਤੇ ਰੱਖਾਂਗੇ ਵੀ ਆ ਲਾ ਆ ਜਾ ਬਾਬੇ ਰਾਮਦੇਵ ਨੂੰ ਝੂਠ ਨਹੀਂ ਮਾਰਾਂਗੇ